ਮੈਂ ਕਿਹਾ ਇਹ ਕੋਈ ਗਾਣਾ ਹੈ ਸਾਡੇ ਤੇ ਫਿਰ ਕਦਰ ਹੀ ਨਹੀਂ ਕੋਈ ਦੱਸ ਸਾਨੂੰ ਤਾਂ ਫਿਰ ਕੌਣ ਪੁੱਛੂਗਾ ਦੱਸ ਕਿੰਨੇ ਕਾ ਤੁਹਾਡੀ ਕਦਰ ਹੈ ਪ੍ਰੋਗਰਾਮ ਲੱਗਦੇ ਤੁਹਾਡੇ ਮਜੀਸ਼ੀਨਾਂ ਦੇ ਲਾਉਣ ਮੈਂ ਮਜੀਸ਼ੀਨਾਂ ਦੇ ਨਾਲ ਗਾਉਣਾ ਮੈਂ ਮਜੀਸ਼ੀਨਾਂ ਦੇ ਨਾਲ ਗਾਉਣਾ ਪ੍ਰੋਗਰਾਮ ਤੇ ਭਾਈ ਸਾਹਿਬ ਇੰਨਾ ਮਾਨ ਨਹੀਂ ਕਰਦੇ ਮਜੀਸ਼ੀਨਾਂ ਦਾ ਗਾਉਂਦੇ ਨਾ ਅਸੀਂ ਬਿਨਾਂ ਮਜੀਸ਼ੀਨਾਂ ਤੋਂ ਗਾਉਂਦੇ ਆ ਮੈਨੂੰ ਗਵਾ ਲਓ ਮੈਨੂੰ ਮਜੀਸ਼ੀਨਾਂ ਦੇ ਨਾਲ ਗਵਾ ਲਓ ਮੈਂ ਮਜੀਸ਼ੀਨਾਂ ਦੇ ਵਧੀਆ ਗਾਉਂਗਾ ਤੈਨੂੰ ਅਸੀਂ ਗਵਾ ਕੇ ਲੈਣਾ ਕੀ ਹੈ ਬਸ ਚਪੇੜੋ ਚਪੇੜੀ ਨਾ ਪਲੀਜ਼ ਮੈਂ ਸਤਿ ਸ਼੍ਰੀ ਅਕਾਲ ਜੀ ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਹੁਣ ਦੱਸਣ ਦੀ ਲੋੜ ਨਹੀਂ ਮੈਂ ਕਿਹਨਾਂ ਨੂੰ ਬੁਲਾਇਆ ਅੱਜ ਅਸੀਂ ਰੱਬ ਦਾ ਨਾਮ ਲੈ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀਮ ਜੈ ਗੁਰੂ ਵਾਲਮੀਕਿ ਜੈ ਗੁਰੂ ਰਵਿਦਾਸ ਹਾਲੇਲੂਯਾ ਗੋਸਪਾ ਕੁਸ਼ੀਆਂ ਦੇਵੇ ਜੈ ਮਾਂ ਚਿੰਤਪੁਰਨੀ ਇਹ ਡਾਇਲੋਗ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦਾ ਚੋਰੀ ਕੀਤਾ ਗੱਲ ਸੱਚੀ ਹੈ ਜੀ ਹਾਂ ਉਹ ਚੋਰੀ ਕਰ ਰਿਹਾ ਜੀ ਤੇ ਤੁਹਾਡੀ ਖਾਸੀਅਤ ਇਹ ਹੈਗੀ ਕਿ ਹਰਮਨ ਜਿਵੇਂ ਦੀ ਆਵਾਜ਼ ਵੀ ਬੜੀ ਚੰਗੀ ਹੋ ਗਈ ਆ ਜੀ ਸਰ ਇਹ ਬਾਈ ਕਹਿੰਦੇ ਕਿ ਮੈਂ ਗਾਣੇ ਬਹੁਤ ਸੋਹਣਾ ਗਾਣਾ ਅੱਜ ਦੇਖ ਲੈਣੇ ਇਹਨਾਂ ਦੀ ਆਵਾਜ਼ ਨਹੀਂ ਹੈਗੀ ਜੀ ਮੈਨੂੰ ਨਹੀਂ ਚੰਗਾ ਲੱਗਦਾ ਇਹਨਾਂ ਦਾ ਅੱਜ ਦੇਖ ਲੈਣੇ ਫਿਰ ਲਾਈਵ ਹੋ ਜਾਏ ਹਾਂ ਲਾਈਵ ਆਪਾਂ ਦੇਖ ਲੈਣੇ ਮੈਂ ਨਹੀਂ ਨਹੀਂ ਆਵਾਜ਼ੇ ਤੋਂ ਅਲੱਗ ਨਹੀਂ ਆਵਾਜ਼ੇ ਨੂੰ ਸੰਗੀਤ ਤਾਂ ਸੰਗੀਤ ਆ ਜੀ ਪਹਿਲਾਂ ਹਰਮਨ ਦੀ ਵਾਰੀ ਆਊਗੀ ਫੇਰ ਆਊਗੀ ਨੀਟੂ ਭਾਈ ਮੇਰੀ ਗੱਲ ਸੁਣੋ ਸੰਗੀਤ ਨਾਲ ਤਾਂ ਹਰ ਕੋਈ ਬੰਦਾ ਗਾਉਂਦਾ ਬੱਚਾ ਵੀ ਗਾਉਂਦਾ ਮਜ਼ਾ ਤਾਂ ਆ ਜੇ ਸੰਗੀਤ ਤੋਂ ਬਗੈਰ ਗਾ ਕੇ ਦਿਖਾਓ ਨਹੀਂ ਸੰਗੀਤ ਤੋਂ ਬਗੈਰ ਹਾਰਮੋਨੀ ਮੈਂ ਵਜਾਣਾ ਭਾਈ ਜੀ ਇਹ ਕਿਹੜੀ ਗੱਲ ਜਿਵੇਂ ਤੁਸੀਂ ਹਾਂਜੀ ਨਹੀਂ ਇਹ ਤਾਂ ਚੈਲੰਜ ਚਲੋ 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 ਚੈਲੰਜ ਕਿਹੜਾ ਗਾਣਾ ਗਾਓ ਸਾਡਿਆਂ ਪਰਾਂ ਤੁਸੀਂ ਕੀ ਉੱਡਣਾ ਨਹੀਂ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਨੀ ਤੈਨੂੰ ਹੱਥਾਂ ਉੱਤੇ ਚੋਗ ਚਗਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ ਲਵ ਹੁਣ ਵਾਰੀ ਹੈ ਨਿੰਟੂ ਭਾਜੀ ਤੁਹਾਡੀ ਮੇਰੀ ਕਿਆ ਬਾਤ ਹੈ ਹੁਣ ਤੁਹਾਡੀ ਵਾਰੀ ਹੈ ਕਰੋਗੇ ਕਮਾਲ ਮੈਨੂੰ ਲੱਗਦਾ ਅੱਜ ਦੇ ਵਿੱਚ ਮੇਰੀ ਕਮੇਟੀ ਨਹੀਂ ਨਿਕਲ ਗਈ ਹੁੰਦੀ ਮੈਨੂੰ ਤੇ ਇੰਨੀ ਖੁਸ਼ੀ ਹੁੰਦੀ ਹੈ ਹੁਣ ਦੇਖ ਲੈ ਹੁਣ ਦੀ ਆ ਹੁਣੇ ਪਤਾ ਲੱਗ ਗਿਆ ਤੁਹਾਡੇ ਕੋਲ ਹੀ ਗਾਇਆ ਇਹ ਮੇਰਾ ਗਾਣਾ ਹੈ ਮੈਂ ਹੀ ਗਾਉਂਗਾ ਤੂੰ ਬਦਲੀ ਸੋ ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਕਦਰੇ ਕਦੇ ਯਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਕਦਰੇ ਕਦੇ ਯਾਰ ਨਹੀਂ ਬਦਲੇ ਤੂੰ ਬਦਲੀ ਕਿਆ ਬਾਤ ਹੈ ਕਿਆ ਬਾਤ ਸੁਰ ਮੇਰੇ ਉੱਤੇ ਨਹੀਂ ਹੈਗਾ ਯਾਰ ਸੁਰ ਤਾਂ ਹੈਗਾ ਫਿਰ ਤੁਸੀਂ ਕਰਦੇ ਕਿਉਂ ਨਹੀਂ ਜਾਣ ਕੇ ਕਿਉਂ ਕਰਦੇ ਹੋ ਨਹੀਂ ਮੈਨੂੰ ਨਾ ਸਮਝ ਨਹੀਂ ਆਉਂਦੀ ਦੱਸ ਮੈਂ ਕਦੀ ਪਿੱਛੇ ਰਹਿ ਕੇ ਜ਼ੋਰ ਅੱਗੇ ਨਿਕਲ ਕੇ ਜ਼ੋਰ ਉਸੇ ਸਮਝ ਕਿਆ ਬਾਤ ਆ ਮੁੱਛਾਂ ਦਾ ਕਮਾਲ ਕਰ ਦਿੰਦੇ ਤੁਸੀਂ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਹਰ ਸਾਰੇ ਐਂ ਕਹਿੰਦੇ ਨੇ ਵੀ ਮੁੱਛਾਂ ਨਾ ਅੱਖ ਨਾ ਪਾੜ ਦੀ ਮੇਰਾ ਵੀਰ ਹਾਂ ਪਰ ਮੁੱਛਾਂ ਆਪਣੀਆਂ ਵਧੀਆ ਨੇ ਠੀਕ ਅੱਛਾ ਤੁਹਾਡਾ ਜਿਹੜਾ ਮੂੰਹ ਆ ਹਾਂਜੀ ਪਰਮਾਤਮਾ ਨੇ ਆ ਮੇਰਾ ਵੀਰ ਬੇਨਤੀ ਆ ਜੀ ਇਹ ਸੱਚੇ ਪਾਤਸ਼ਾਹ ਨੇ ਕੈਸਾ ਮੂੰਹ ਬਖਸ਼ਿਆ ਇਹ ਕਰਮਾਂ ਵਾਲੇ ਤੁਸੀਂ ਇਹ ਚੀਜ਼ ਨੂੰ ਕਹੀ ਕਹਿੰਦੇ ਮਾੜਾ ਨਾ ਕਹੋ ਇਹ ਬੰਦਾ ਕਰਮਾਂ ਵਾਲਾ ਆ ਇਹ ਬੰਦਾ ਕਰਮਾਂ ਵਾਲਾ ਜਿੱਥੇ ਮਰਜ਼ੀ ਫਿੱਟ ਹੋ ਜਾਂਦਾ ਜਿੱਥੇ ਮਰਜ਼ੀ ਇਹ ਬੰਦੇ ਨੂੰ ਵੇਖ ਕੇ ਖੁਸ਼ੀ ਹੋ ਜਾਂਦੀ ਹੈ ਜੀ ਜੀ ਮੇਰੇ ਵੀ ਫਿੱਟ ਕਿੱਦਾਂ ਹੋ ਜਾਂਦੇ ਫਿੱਟ ਕਰ ਲੈਂਦੇ ਆ ਲੋਕ ਆਪਣੇ ਆਪ ਵੀ ਫੋਟੋ ਫੋਟੋ ਬਣਾਉਂਦੇ ਆ ਪਰ ਆਪਣੇ ਮਨ ਨੂੰ ਤਸੱਲੀ ਹੈ ਜੀ ਸਾਨੂੰ ਆਪਣੇ ਆਪ ਨੂੰ ਖੁਸ਼ੀ ਹੁੰਦੀ ਆ ਮੈਨੂੰ ਅਤੇ ਵੀਰ ਨੂੰ ਟੂ ਸ਼ਟਰ ਵਾਲੇ ਨੂੰ ਸਾਨੂੰ ਦੇਖ ਕੇ ਲੋਕ ਹੱਸਦੇ ਆ ਸਾਨੂੰ ਆਪਣੇ ਆਪ ਨੂੰ ਇਹ ਫੀਲ ਹੁੰਦਾ ਆ ਕਿ ਸਾਨੂੰ ਦੇਖ ਕੇ ਕੋਈ ਨਾ ਕੋਈ ਹੱਸਦਾ ਤੁਹਾਨੂੰ ਚੰਗਾ ਲੱਗਦਾ ਆ ਕਿ ਸਾਨੂੰ ਦੇਖ ਕੇ ਕੋਈ ਦੁਖੀ ਬੰਦਾ ਸਾਨੂੰ ਦੇਖ ਰਿਹਾ ਖੁਸ਼ ਹੁੰਦਾ ਆ ਬਸ ਇੰਨਾ ਹੈ ਕਿ ਵੀ ਠੀਕ ਹੈ ਜੀ ਮਾਰਾ ਹੁਣ ਤੱਕ ਤੁਸੀਂ ਕਿਤੇ ਕਿਤੇ ਫਿੱਟ ਹੋ ਚੁੱਕੇ ਹੋ ਮੇਰੇ ਕਾਫੀ ਮਤਲਬ ਫੋਟੋਆਂ ਬਣਾਉਂਦੇ ਨੇ ਜੀ ਹੈ ਨਾ ਤੇ ਮਤਲਬ ਕਾਫੀ ਬਣਾਉਂਦੇ ਨੇ ਤੇ ਚਲੋ ਠੀਕ ਹੈ ਜੀ ਫਿੱਟ ਕਿੱਥੇ ਕਿੱਥੇ ਹੋ ਚੁੱਕੇ ਹੋ ਮੈਂ ਤਾਂ ਉਹ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਹੋ ਗਏ ਆਪਣਾ ਕੈਪਟਨ ਸਾਹਿਬ ਹੋ ਗਏ ਸਾਰਿਆਂ ਦੇ ਵਿੱਚ ਫੋਟੋਆਂ ਮੇਰੇ ਫਿੱਟ ਕਰੀ ਜਾਂਦੇ ਹਰ ਚਾਹ ਪਿੱਛੇ ਜੀ ਰੋਲਾ ਵੀ ਪਿਆ ਸੀ ਕਿ ਪੰਜਾਬ ਦਾ ਪ੍ਰਧਾਨ ਕਾਂਗਰਸ ਦਾ ਪ੍ਰਧਾਨ ਤੁਹਾਨੂੰ ਬਣਾ ਰਿਹਾ ਹਾਂਜੀ ਮੈਂ ਤਾਂ ਇਹ ਚੀਜ਼ਾਂ ਤੇ ਇਹ ਚੀਜ਼ਾਂ ਨੂੰ ਹੇਟ ਕਰਦਾ ਹਾਂ ਇਹ ਚੀਜ਼ਾਂ ਨਹੀਂ ਉਦਾਂ ਹੱਸੋ ਖੇਡੋ ਹਾਂ ਇਹ ਚੀਜ਼ਾਂ ਮੈਂ ਹੇਟ ਕਰਦਾ ਪਰ ਲੋਕ ਇਹ ਚੀਜ਼ਾਂ ਬਣਾ ਦਿੰਦੇ ਆ ਮੈਨੂੰ ਵਧੀਆ ਨਹੀਂ ਲੱਗਦੀਆਂ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਹਾਂ ਆਈ ਨੀਟੂ ਭਾਜੀ ਵਾਲ ਹਾਂਜੀ ਜੀ ਕਮਾਲ ਦਿਓ ਤੁਸੀਂ ਰਾਈਟਰ ਤੁਸੀਂ ਮੇਰੀ ਤੁਸੀਂ ਕਹਿੰਦੇ ਹੋ ਤੁਸੀਂ ਮੇਰੀ ਤਾਰੀਫ ਨਹੀਂ ਕੀਤੀ ਤੁਸੀਂ ਹਰਮਨ ਜੀ ਮੇਰੇ ਮੁੱਛਾਂ ਦੀ ਤਾਰੀਫ ਕੀਤੀ ਨਹੀਂ ਭਾਜੀ ਹੁਣ ਤੁਹਾਡੇ ਆ ਮੈਂ ਕਹਿੰਦਾ ਥੋੜੇ ਇਹਨਾਂ ਦੀ ਤਾਰੀਫ ਕਰ ਦਿਓ ਭਾਜੀ ਯਾਰ ਭਾਜੀ ਤਾਰੀਫ ਹਰਮਨ ਦੀਆਂ ਮੁੱਛਾਂ ਦੇ ਗਾਣਾ ਬਣਾ ਕੇ ਦਿਖਾਓ ਮੈਂ ਹੁਣ ਗਾਣਾ ਉੱਧਰ ਦਾ ਬਣਾਉਂਗਾ ਜੀ ਮੁੱਛਾਂ ਦੇ ਕੀ ਬਾਤ ਸਾਡੇ ਹੈ ਨਹੀਂ ਤਾਂ ਕਰਕੇ ਸੀ ਭਾਜੀ ਰੱਖੋ ਖਾਂ ਤੁਸੀਂ ਸਾਡੇ ਅੱਗੇ ਮੁੱਛਾਂ ਰੱਖੋ ਮੈਂ ਤੇਲ ਦੇ ਦੇਣਾ ਤੁਹਾਨੂੰ
ਤੇਲ ਹਰਮਨ ਚੀਮਾ ਜੀ ਸੁਣਿਆ ਤੁਸੀਂ ਪਿੱਛੇ ਜੀ ਇੱਕ ਤੇਲ ਵੀ ਲਾਂਚ ਕਰਨ ਲੱਗੇ ਸੀ ਕੰਪਨੀ ਨੂੰ ਕੀ ਆਇਆ ਤੇ ਇਨਕਮ ਟੈਕਸ ਦੀ ਉਹ ਪੈ ਗਈ ਰੇਡ ਪੈ ਗਈ ਹਾਂਜੀ ਹਾਂਜੀ ਉਹ ਕਿਸੇ ਨੇ ਸ਼ਿਕਾਇਤ ਕਰਤੀ ਸੀ ਕਹਿੰਦੇ ਚੀਮਾ ਨਕਲੀ ਤੇਲ ਵੇਚ ਰਿਹਾ ਹੈ ਜੀ ਤੇਲ ਵੇਚ ਰਿਹਾ ਹਾਂਜੀ ਨਹੀਂ ਸੁਣਿਆ ਮਿੱਟੀ ਦਾ ਤੇਲ ਤਾਂ ਨਹੀਂ ਫੜਿਆ ਗਿਆ ਡਰਾਮਾ ਤੁਹਾਡਾ ਨਹੀਂ ਨਹੀਂ ਉਹੀ ਲਿਆ ਹੋਈ ਹੈ ਉਹੀ ਲੱਗਦਾ ਚੁੱਪ ਚੁੱਪ ਬੋਲੋ ਜੀ ਜਾਂ ਡੀਜ਼ਲ ਫੜਿਆ ਨਹੀਂ ਨਹੀਂ ਡੀਜ਼ਲ ਤਾਂ ਉਹਦੇ ਕੋਲ ਹੁੰਦਾ ਜੀ ਆ ਤੁਸੀਂ ਲਓ ਜੀ ਸੋਹਣੀਆਂ ਤੇਰੀਆਂ ਮੁੱਛਾਂ ਨੇ ਲੋਕੀ ਗੱਲਬਾਤ ਕਰਦੇ ਨੇ ਟੌਪ ਪਤਾ ਨਹੀਂ ਕੀ ਗੱਲ ਆ ਤੇਰੀਆਂ ਮੁੱਛਾਂ ਦੇ ਟੌਪ ਕਰਦੇ ਨੇ ਦੇਖ ਲਾ ਕਮੈਂਟ ਮਾਰ ਕੇ ਯਾਰ ਤੇਰੀਆਂ ਮੁੱਛਾਂ ਵੱਲ ਦੇਖ ਕੇ ਬੰਦੇ ਤੇ ਬੁੜੀਆਂ ਵੀ ਹੱਸਦੇ ਨੇ ਬੰਦੇ ਤੇ ਬੁੜੀਆਂ ਹੱਸਦੇ ਨੇ ਬਿਲਕੁਲ ਜੀ ਨਜ਼ਾਰੇਦਾਰ ਪੂਰੀਆਂ ਪੂਰਾ ਖੜੀਆਂ ਨੇ ਜੀ ਸਟੈਂਡ ਆ ਪੂਰੀਆਂ ਖੜੀਆਂ ਬਿਠਾ ਦੇਣੀਆਂ ਮੈਂ ਸਿੱਖੀ ਉੱਡਣਾ ਉਹ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਉਹ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ ਤੈਨੂੰ ਹੱਥਾਂ ਉੱਤੇ ਚੋਗ ਚੁਗਾ ਕੇ ਸਾਡੇ ਆਪਰਾ ਤੋਂ ਸਿੱਖੀ ਉੱਡਣਾ ਮੈਗੀ ਦੂਰ ਕਿਤੇ ਆਲਣਾ ਬਣਾ ਕੇ ਕਿਆ ਬਾਤ ਬਣਾ ਕੇ ਕਿਆ ਬਾਤ ਦੁਬਾਰਾ ਇੱਕ ਵਾਰ ਹੋਰ ਸਾਡੇ ਆਪ ਬਣਾ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਹੈ ਉਹ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਹੈ ਏਦਾਂ ਹੀ ਸੀਗਾ ਦੇਖੋ ਸੁਰੀਲਾ ਬੰਦਾ ਹੈਗਾ ਕਿ ਨਹੀਂ ਬਿਲਕੁਲ ਤੁਹਾਡਾ ਗਾਣਾ ਗਾ ਤਾਂ ਸੁਰੀਲਾ ਹੋ ਗਿਆ ਤੁਹਾਡਾ ਗਾਣਾ ਗਾ ਕੇ ਬੰਦਾ ਨੂੰ ਬਹੁਤ ਵਧੀਆ ਚੀਮਾ ਭਾਈ ਬਹੁਤ ਵਧੀਆ ਗਾਉਂਦੇ ਜੀ ਡੀਜੀਪੀ ਪੰਜਾਬ ਦਾ ਉਹ ਬੱਲੇ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰੋਂ ਉੱਤੇ ਬਾਹਰ ਦਾ ਡੀਜੀਪੀ ਪੰਜਾਬ ਦਾ ਉਹ ਜੱਟ ਦੀ ਕੋਠੀ ਓਏ ਬਸ ਬਸ ਖੇਤਾਂ ਦੇ ਬਸ 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 ਯਾਰੀਆਂ ਮਿਲਾਈਆਂ ਬਿਲੋ ਯਾਰੀਆਂ ਗੁਰਦਾਸਪੁਰ ਵਾਲਿਆਂ ਨਾ ਯਾਰੀਆਂ ਚੀਮਾ ਵਧੀਆ ਗਾਉਂਦਾ ਚੀਮਾ ਵਧੀਆ ਗਾਉਂਦਾ ਗਾਉਂਦਾ ਤਾਰੀਫ ਤੁਹਾਡੀ ਕਰਦੀ ਕਿ ਨਹੀਂ ਹਾਂ ਤੁਹਾਡੀ ਗਾਣੇ ਨੇ ਜੀ ਤੁਹਾਡੀ ਗਾਣੇ ਨੇ ਕਮਾਲ ਆ ਚਲੋ ਤੁਸੀਂ ਹੁਣ ਇਹ ਜਿਹੜੇ ਤਿੰਨ ਚਾਰ ਉਹਨੇ ਸੁਣਾਤੇ ਆ ਇੱਕ ਗਾਣਾ ਤੁਸੀਂ ਕੋਈ ਵੱਖਰਾ ਸੁਣਾਓ ਤੇ ਮੈਂ ਕਿਹੜਾ ਗਾਣਾ ਸੁਣਾ ਤੁਸੀਂ ਜਿਹੜਾ ਵੀ ਕਹੋਗੇ ਮੈਂ ਸੁਣਾ ਤੁਸੀਂ ਜਿਹੜਾ ਮੈਂ ਤਾਂ ਤੁਹਾਨੂੰ ਕਹਾਂਗਾ ਜੀ ਉਸ ਤੁਮੇ ਦਿਲ ਲਗੀ ਭੂ ਉਹ ਸੁਣਾਉਂਦੇ ਜਾਨੀ ਪੜੇਗੀ ਮੁਹੱਬਤ ਕੀ ਰਾਹੋਂ ਮੈਂ ਆ ਤੁਸੀਂ ਦੱਸੋ ਸੁਣਨਾ ਕਿਹੜਾ ਜੀ ਮੌਕਾ ਮਿਲਣਾ ਚਾਹੀਦਾ ਬਾਈ ਨੂੰ ਹੁਣ ਯਾਰ ਇਹ ਬੰਦੇ ਨੂੰ ਤੁਸੀਂ ਲੈ ਕੇ ਜਾਓ ਅੱਗੇ ਹਾਂਜੀ ਹਾਂਜੀ ਰੱਬਾ ਵਿਛੜ ਜਾਵੇ ਕਿਤੇ ਯਾਰ ਤੇਰਾ ਪਤਾ ਲੱਗ ਜੂ ਵਿਛੋੜਾ ਕੀ ਇਹਨੂੰ ਕਹਿਣਾ ਪੈ ਜੂ ਦੁਨੀਆ ਨੂੰ ਤੇ ਮਾਹੀ ਬਾਜ ਨਾ ਲੱਗਦਾ ਜੀ ਉਹ ਯਾਰ ਮਿਲਾ ਉਹ ਬੋਲ ਮਿੱਟੀ ਦਿਆ ਬਾਵਿਆ ਤੇਰੇ ਦੁੱਖਾਂ ਨੇ ਮਾਰੀ ਮੁਕਾ ਲਿਆ ਓਏ ਮੇਰਾ ਸੋਹਣਾ ਮਾਈ ਆ ਜਾਓ ਓ ਮੈਂ ਕਿਹੜਾ ਕਹਾਂ ਜੀ ਇਹੀ ਬੋਲ ਮਿੱਟੀ ਦਿਆ ਮਿੱਟੀ ਦਿਆ ਮੈਂ ਕਿਹਾ ਇਹ ਕੋਈ ਗਾਣਾ ਹੈ ਸਾਡੇ ਤੇ ਫਿਰ ਕਦਰ ਹੀ ਨੀ ਕੋਈ ਦੱਸ ਸਾਨੂੰ ਤਾਂ ਫਿਰ ਕੌਣ ਪੁੱਛੂਗਾ ਦੱਸ ਕਿੰਨੇ ਤੁਹਾਡੀ ਕਦਰ ਹੈ ਦੱਸ ਮੈਨੂੰ ਸਾਰੇ ਪਜਾਮਾ ਬਾਬੇ ਮੈਂ ਵਧੀਆ ਗਾਣਾ ਇਸ ਇੰਡਸਟਰੀ ਮੇਰੇ ਦਾ ਇਹ ਮਤਲਬ ਅਸੀਂ ਜਿਹੜੇ ਸਾਹ ਲਾਉਂਦੇ ਉਹ ਬੰਦੇ ਨੀ ਹੁੰਦੇ ਸਾਹ ਲਾਉਂਦੇ ਤੁਹਾਨੂੰ ਪਤਾ ਕਲਾਕਾਰੀ ਕੀ ਹੁੰਦੀ
ਕਲਾਕਾਰੀ ਮੈਨੂੰ ਕਿੰਨੇ ਸਾਲ ਹੋ ਗਏ ਤੁਸੀਂ ਹੁਣ ਆਏ ਹੋ ਨਹੀਂ ਭਾਜੀ ਤੁਸੀਂ ਜੇ ਲੜਨ ਮੈਂ ਤੁਸੀਂ ਹੁਣ ਆਏ ਹੋ ਇੱਕ ਕਲਾਕਾਰੀ ਕਿਉਂ ਰਹੇ ਹੋ ਯਾਰ ਤੁਸੀਂ ਯਾਰ ਇੱਕ ਕਲਾਸ ਵਾਲੇ ਹਾਂਜੀ ਹਾਂਜੀ ਤੁਸੀਂ ਦੱਸੋ ਕਲਾਕਾਰੀ ਕੀ ਹੁੰਦੀ ਹੈ ਕਲਾਕਾਰੀ ਉਹ ਹੁੰਦੀ ਹੈ ਜਿਹੜਾ ਵਧੀਆ ਗਾ ਗਾਵੇ ਬਸ ਬਸ ਤੁਸੀਂ ਤਾਂ ਬੇਸੁਰ ਆਊਟ ਆਫ ਉਹਦੇ ਜਾ ਰਹੇ ਹੋ ਰਿਦਮ ਜਾ ਰਹੇ ਹੋ ਤੁਸੀਂ ਦਰਅਸਲ ਤੁਹਾਨੂੰ ਪਤਾ ਹੀ ਨਹੀਂ ਕਲਾਕਾਰ ਕੀ ਹੁੰਦਾ ਮੈਨੂੰ ਗਵਾ ਲਓ ਮੈਨੂੰ ਮਜੀਸ਼ੀਅਨ ਦੇ ਨਾਲ ਗਵਾ ਲਓ ਮੈਂ ਮਜੀਸ਼ੀਅਨ ਦੇ ਵਧੀਆ ਗਾਉਂਗਾ ਤੈਨੂੰ ਅਸੀਂ ਗਵਾ ਕੇ ਲੈਣਾ ਕੀ ਹੈ ਦੱਸ ਤੈਨੂੰ ਅਸੀਂ ਕੀ ਲੈਣਾ ਗਵਾ ਕੇ ਅੱਜ ਕੱਲ ਤੇ ਵੀਰੇ ਮੇਰੀ ਗੱਲ ਸੁਣ ਇੱਕ ਨੀਟੂ ਜੱਟ ਬਲਵਾਈ ਸੀ ਤੁਹਾਡੀ ਪਹਿਲਾਂ ਮੇਰੀ ਗੱਲ ਸੁਣ ਉਹਦੇ ਵਿੱਚ ਨਾ ਕੋਈ ਫਰੇਮ ਆ ਨਾ ਕੋਈ ਐਕਟਿੰਗ ਆ ਇਹ ਕੀ ਹੋ ਰਿਹਾ ਹੈ ਇਹ ਤਾਂ ਫਿਰ ਤੁਸੀਂ ਉਹ ਆਪਣਾ ਨਾਟਕ ਜੇ ਕਰੀ ਜਾਂਦੇ ਹੋ ਜਿਹੜੀ ਫਿਲਮ ਸਾਡੀ ਆ ਨਾ ਫਰੇਮ ਆ ਕੋਈ ਨਾ ਬਲੌਗ ਬਣਾ ਰਹੇ ਹੋ ਤੁਸੀਂ ਨੀਟੂ ਜੱਟ ਇਹ ਫਿਲਮਾਂ ਦਾ ਕੋਈ ਮਤਲਬ ਨਾ ਕੋਈ ਐਕਟਿੰਗ ਐਕਟੀਵਿਟੀ ਆ ਤੁਹਾਡੀ ਤੁਹਾਡਾ ਕੋਈ ਮਤਲਬ ਨਹੀਂ ਐਵੇਂ ਸਟੇਜ ਚੜ ਜਾਂਦੇ ਹੋ ਐਵੇਂ ਥੱਲੇ ਆ ਜਾਂਦੇ ਐਵੇਂ ਚੜ ਜਾਂਦੇ ਐਵੇਂ ਆ ਜਾਂਦੇ ਸਾਡਾ ਮੈਂ ਹੁਣ ਤਿੰਨ ਮੈਂ ਵੱਡੇ ਪਰਦੇ ਦੀਆਂ ਨਹੀਂ ਭਾਜੀ ਗੱਲ ਸੁਣ ਲਓ ਮੈਂ ਵੱਡੇ ਪਰਦੇ ਦੀਆਂ ਤਿੰਨ ਫਿਲਮਾਂ ਕਰਕੇ ਆਇਆ ਇੱਕ ਪਰਦੇ ਵਿੱਚ ਹੀ ਰਹਿ ਗਈ ਇੱਕ ਮੈਂ ਕਰਕੇ ਆਇਆ ਪਰਦੇ 'ਚ ਨਹੀਂ ਆ ਰਹੀ ਆ ਨੇ ਪਰਦੇ ਵਿੱਚ ਹੀ ਰਹਿ ਗਈ ਪਰਦੇ 'ਚ ਨਹੀਂ ਰਹੀ ਆ ਜੀ ਟੀਮਾ ਜੀ ਮੈਂ ਤੁਹਾਡੀ ਕਸਮ ਬੇਇੱਜ਼ਤੀ ਕਰੀ ਜਾਂਦੇ ਹੋ ਯਾਰ ਭਾਈ ਮੈਨੂੰ ਮੈਂ ਤੁਹਾਡੀ ਇੱਜ਼ਤ ਕਿੱਥੇ ਗਈ ਟੀਮਾ ਜੀ ਮੈਂ ਇੰਟਰਵਿਊ ਲੈਣ ਆਇਆ ਅੱਛਾ ਫੇਰ ਠੀਕ ਹੈ ਅਸੀਂ ਭੁੱਲ ਗਏ ਸੀਗੇ ਸਰ ਸੌਰੀ ਅਸੀਂ ਭੁੱਲ ਗਏ ਸੀ ਕੋਈ ਨਹੀਂ ਤੁਸੀਂ ਲੋ ਲੋ ਲੈ ਲੋ ਮੈਂ ਹੁਣ ਬੱਲੀ ਬਲੈਕ ਹੀ ਆ ਉੱਲੂ ਦੇ ਪੱਠੇ ਮੂਵੀ ਕਰਕੇ ਆਇਆ ਮੈਂ ਬਸ ਉੱਲੂ ਦੇ ਪੱਠੇ ਹੀ ਤੁਸੀਂ ਨਾ ਫਿਲਮ ਦਾ ਨਾਮ ਹੈ ਜੀ ਅੱਛਾ ਫਿਲਮ ਦਾ ਨਾਮ ਮੈਂ ਉਹ ਤਾਂ ਉਦੋਂ ਪਤਾ ਲੱਗਣਾ ਜਦੋਂ ਥੀਏਟਰ 'ਚ ਆ ਗਈ ਆ ਜਦੋਂ ਤੁਹਾਡੇ ਇੱਥੇ ਆਪਣੇ ਪਟਿਆਲੇ ਤੁਸੀਂ ਅੱਜ ਮੇਰੇ ਪਟਿਆਲੇ ਆਏ ਹੋ ਤੁਸੀਂ ਚੰਗਾ ਬੰਦਾ ਹੀਰਾ ਬੰਦਾ ਤੁਸੀਂ ਉਹਨੂੰ ਸਾਈਡ ਤੇ ਕਰੀ ਜਾਂਦੇ ਨਹੀਂ ਕੋਈ ਨਾ ਭਾਜੀ ਸਾਈਡ ਤੇ ਤਾਂ ਕਰ ਰਹੇ ਤੁਸੀਂ ਕੈਮਰੇ ਅੱਗੇ ਆ ਰਹੇ ਹੋ ਅੱਛਾ ਸੌਰੀ ਅੱਛਾ ਹਰਮਨ ਜੀ ਕਿਹੜੀ ਕਿਹੜੀ ਫਿਲਮ ਆ ਰਹੀ ਤੁਹਾਡੀ ਆ ਮੇਰੀ ਆ ਰਹੀ ਹੈ ਜੀ ਉੱਲੂ ਦੇ ਪੱਠੇ ਦਾ ਲੈਂਡਰਸ ਦੇ ਨਾਲ ਮੀਤੀ ਕਲਰ ਦੇ ਨਾਲ ਤੇ ਮੈਂ ਵਿਕਟਰ ਜੌਨ ਦੇ ਨਾਲ ਕਰਕੇ ਆਇਆ ਜੀ ਆਪਣਾ ਵਿਕਟਰ ਜੌਨ ਭਾਜੀ ਨਾਲ ਜਿਨ੍ਹਾਂ ਨੇ ਸਿਕੰਦਰ ਮੂਵੀ ਕੀਤੀ ਸੀ ਕਰਤਾਰ ਚੀਮਾ ਨਾਲ ਜੀ ਹੋਰ ਵੀ ਕਮਾਲ ਨੇ ਉਹ ਤਾਂ ਹਾਂ ਵੱਡੇ ਕਰੈਕਟਰ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਸਵਾਲ ਮੇਰਾ ਸੀਗਾ ਮੈਂ ਪਿਛਲੇ ਇੱਕ ਇੰਟਰਵਿਊ 'ਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਕਿ ਜਿਹੜਾ ਪਿਆਰ ਮੈਨੂੰ ਹੋਇਆ ਸੀ ਮੈਂ ਦੁਬਾਰਾ ਪਿਆਰ ਨਹੀਂ ਕੀਤਾ ਨਹੀਂ ਮੈਂ ਕੀਤਾ ਸੱਚੀ ਕੀਤਾ ਵੀ ਨਹੀਂ ਨਾ ਕਿਸੇ ਨੂੰ ਕਰਾਵੇ ਵੀ ਨਾ ਰੱਬ ਨਹੀਂ ਮੈਂ ਸਵਾਲ ਕਰ ਰਿਹਾ ਕਿ ਪਿਆਰ ਤੁਹਾਨੂੰ ਹੋਇਆ ਸੀ ਜੀ ਪਿਆਰ ਤੋਂ ਬਾਅਦ ਤੁਹਾਡਾ ਦਿਲ ਟੁੱਟਾ ਜੀ ਜਦੋਂ ਦਿਲ ਟੁੱਟਾ ਸੀ ਹਾਂਜੀ ਹਰਮਨ ਚੀਮੇ ਨੇ ਗਾਣਾ ਕਿਹੜਾ ਸੁਣਿਆ ਸੀ ਗਾਣਾ ਮੈਂ ਸੁਣਿਆ ਸੀਗਾ ਜਾਨ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ ਹਾਏ ਜਾਨ ਝੂਠੀਏ ਠੀਕ ਹੈ ਝੂਠੀਏ ਕਹਿੰਦਾ ਕਿ ਝੂਠੀਏ ਕਹਿੰਦਾ ਝੂਠੀਏ ਇੱਦਾਂ ਰਹਿੰਦਾ ਜਾਨ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ ਹਾਏ ਜਾਨੀ ਝੂਠੀਏ ਕੀਤੀ ਜੋ ਤੂੰ ਸਾਡੇ ਨਾਲ ਕੀਤੀ ਜੋ ਤੂੰ ਸਾਡੇ ਨਾਲ ਗੱਦਾਰੀ ਲੈ ਬੈਠੀ ਮਾਜੀ ਮੇਰੀ ਗੱਲ ਸੁਣੋ ਗੱਦਾਰੀ ਲੈ ਬੈਠੀ ਗੱਦਾਰੀ ਨਹੀਂ ਹੁੰਦਾ ਗੱਦਾਰੀ ਜਾਨੀ ਝੂਠੀਏ ਚਪੇੜੋ ਚਪੇੜੀ ਨਾ ਪਲੀਜ਼ ਮੈਂ ਉਹ ਜਾਨੀ ਝੂਠੀ ਮੈਨੂੰ ਆਸ ਹੈ ਕਿ ਇੰਟਰਵਿਊ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਏਗੀ ਬਾਈ ਦੋ ਕਮਾਲ ਦੇ ਬੰਦੇ ਨੇ ਯਾਰ ਜੀ 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 ਮਤਲਬ ਸਵੇਰ ਦੇ ਮੇਰੇ ਕੋਲ ਹੀ ਨੇ ਬਹੁਤ ਦਿਲ ਲਾਇਆ ਇਹਨਾਂ ਨੇ ਜੀ ਖੱਪ ਕਰ ਰਹੇ ਪੂਰੀ ਗਾ ਰਹੇ ਨੇ ਪੂਰਾ ਦੱਸ ਰਹੇ ਨੇ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਇਹਨਾਂ ਦੋਨਾਂ ਜੀ 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 ਤੇ ਬਾਈ ਜੀ ਕਮੈਂਟ ਜਿਹੜੇ ਬੈਠ ਕਰਦੇ ਨੇ ਤੇ ਉਹ ਕਮੈਂਟ ਸਮਝ ਲਓ ਕਿ ਉਹ ਤੁਹਾਡੀ ਭੈਣ ਨੇ ਤੁਹਾਡੀ ਮਾਤਾ ਨੇ ਤੁਹਾਡੇ ਪਿਓ ਨੇ ਵੀ ਪੜ੍ਹਨਾ ਆ ਤੇ ਪਲੀਜ਼ ਰਿਕੁਐਸਟ ਆ ਕਿ ਇੰਜੋਏ ਕਰੋ ਹੱਸੋ ਟੱਪੋ ਜੇ ਤੁਹਾਨੂੰ ਨਜ਼ਾਰਾ ਆਉਂਦਾ ਤਾਂ ਲਿਆ ਕਰੋ ਤੁਹਾਨੂੰ ਖੁਸ਼ੀ ਮਿਲਦੀ ਹੈ ਦੋ ਬੰਦੇ ਵੇਖ ਕੇ ਨਹੀਂ ਮਿਲਦੀ ਇੱਕ ਵਾਰ ਸਮਾਈਲ ਆਉਂਦੀ ਹੈ ਹਾਂਜੀ ਤੁਹਾਨੂੰ ਨਹੀਂ ਤੁਹਾਨੂੰ ਦੇਖ ਕੇ ਜੀ 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 ਕੀ ਹਾਂਜੀ ਕੀ ਹੈ ਆ ਕੀ ਹੈ